जीवन की शंका नाश God.
So sad.
जीवन जो संकर जाने
ਐਸਾ ਮਸਲਾ ਸਾਡੇ ਸਾਹਮਣੇ ਰੱਖ ਦਿੱਤਾ ਨੇ ਜਿੰਦੇ ਵਿੱਚ ਜ਼ਿੰਦਗੀ ਦੀਆਂ ਦੋ ਕਿਰਿਆ ਦਾ ਜ਼ਿਕਰ ਕੀਤਾ ਮਰਨ ਤੇ ਜੀਵਨ। ਜਿੰਨੇ ਹੋਰ ਵੀ ਉਦਾਹਰਨ ਦਿੱਤੇ ਨੇ ਉਹਨਾਂ ਵਿੱਚ ਮਰਨ ਤੇ ਜੀਵਨ ਦਾ ਹੀ ਜ਼ਿਕਰ ਹੈ। ਬਹੁਤ ਦਿਨ ਹੋਈ ਇੱਕ ਵਾਰ ਅਰਜ਼ ਕੀਤੀ ਸੀ ਜਨਮ ਮਰਨ ਤੇ ਜੀਵਨ ਇਹ ਤਿੰਨ ਨਾਂ ਆਪਸ ਵਿੱਚ ਜੁੜੇ ਹੋਏ ਨੇ। ਜਨਮ ਤੋਂ ਜੀਵਨ ਸ਼ੁਰੂ ਹੁੰਦਾ ਹੈ ਤੇ ਮਰਨ ਤੇ ਜਾ ਕੇ ਜੀਵਨ ਸਮਾਪਤ ਹੋ ਜਾਂਦਾ। ਜੀਵਨ ਜਨਮ ਤੇ ਮਰਨ ਦੇ ਦਰਮਿਆਨ ਦੇ ਹਿੱਸੇ ਦਾ ਨਾਂ ਹੈ ਤੇ ਮੈਂ ਅਰਜ਼ ਕੀਤੀ ਸੀ ਅਕਸਰ ਸਾਡੇ ਨਾਲ ਸੰਬੰਧ ਹਾਲਾਂਕਿ ਜੀਵਨ ਦਾ ਆਰੰਭ ਜਨਮ ਤੋਂ ਹੈ ਬਲਕਿ ਮੈਂ ਤੇ ਕਈ ਵਾਰ ਅਰਜ਼ ਕਰਨਾ ਵੀ ਲੋਕ ਜਨਮ ਦਿਨ ਕਿਉਂ ਮਨਾਉਂਦੇ ਨੇ। ਅਕਸਰ ਬੱਚਿਆਂ ਦੇ ਵੀ ਜਨਮ ਦਿਨ ਮਨਾਏ ਜਾਂਦੇ ਨੇ ਵੱਡਿਆਂ ਦੇ ਵੀ ਜਨਮ ਦਿਨ ਮਨਾਏ ਜਾਂਦੇ ਨੇ। ਜਨਮ ਦੀ ਆਪਣੀ ਕੋਈ ਮਹੱਤਤਾ ਨਹੀਂ ਕੋਈ ਖਾਸੀਅਤ ਨਹੀਂ। ਜਨਮ ਮੇਰੇ ਵੱਸ ਨਹੀਂ ਮੇਰੀ ਮਰਜ਼ੀ ਤੇ ਨਹੀਂ ਮੇਰਾ ਕਿਆ ਫਰ ਨਹੀਂ
ਖੇਡੀ ਅਜੀਬ ਗੱਲ ਹੈ। ਸਿਰਫ ਇਸੇ ਲਈ ਕਿਉਂਕਿ ਉਹਦੇ ਤੋਂ ਜੀਵਨ ਸ਼ੁਰੂ ਹੁੰਦਾ ਹੈ ਤੇ ਜੀਵਨ ਦਾ ਵੀ ਪਹਿਲਾਂ ਜਨਮ ਦੇ ਨਾਲ ਕੋਈ ਮਹੱਤਤਾ ਨਹੀਂ। ਇਹੋ ਕਾਰਨ ਹੈ ਬਾਬਾ ਕਬੀਰ ਜੀ ਨੇ ਬ੍ਰਾਹਮਣ ਨੂੰ ਮੁਖਾਤਬ ਕਰਕੇ ਵੀ ਆਖਿਆ, ਜਨਮ ਕਰਕੇ ਤੂੰ ਕਿੱਥੋਂ ਵੱਡਾ ਹੈ, ਤੇਰੇ ਮੇਰੇ ਵਿੱਚ ਕੀ ਫਰਕ ਹੈ, ਜੋ ਤੂੰ ਬ੍ਰਾਹਮਣ ਬ੍ਰਹਮ ਨਹੀਂ ਜਾਇਆ ਤਵਾਨ ਬਾਟ ਕਾਹੇ ਨਹੀਂ ਆਇਆ, ਤੇਰੇ ਜਨਮ ਦਾ ਤਰੀਕਾ ਵਸੀਲਾ ਸਾਧਨ ਹੋਰ ਹੈ, ਮੇਰਾ ਹੋਰ ਹੈ। ਤੂੰ ਕਤ ਬ੍ਰਹਮਣ ਹਮ ਕਤ ਸੂਰ, ਮੈਨੂੰ ਸ਼ੂਦਰ ਆਖਣਾ ਹੈ, ਆਪਣੇ ਆਪ ਨੂੰ ਬ੍ਰਾਹਮਣ ਆਖਣਾ, ਜਨਮ ਤੂੰ ਵੀ ਉਵੇਂ ਲਿਆ, ਮੈਂ ਵੀ ਉਵੇਂ ਲਿਆ, ਜਨਮ ਦੀ ਕੋਈ ਖਾਸੀਅਤ ਨਹੀਂ, ਖਾਸੀਅਤ ਤਾਂ ਜੀਵਨ ਵਿੱਚ ਜਾ ਕੇ ਬਣਨੀ ਹੈ। ਹਾਂ, ਜੇ ਕਿਸੇ ਦੇ ਜਨਮ ਵੀ ਕੋਈ ਮਨਾਉਂਦਾ ਹੈ ਜਾਂ ਜਨਮ ਨੂੰ ਵੀ ਮਹਾਨ ਆਖ ਰਿਹਾ ਤੇ ਤਾਂ ਆਖ ਰਿਹਾ ਕਿਉਂਕਿ ਉਹਦੇ ਜੀਵਨ ਦੀ ਮਹਾਨਤਾ ਨੂੰ ਦੇਖ ਕੇ। ਜਿਹਦੇ ਜੀਵਨ ਵਿੱਚ ਕੋਈ ਮਹਾਨਤਾ ਨਾ ਹੋਵੇ, ਜਿਹਦਾ ਜੀਵਨ ਲੋਕਾਂ ਨੂੰ ਪ੍ਰਵਾਨ ਨਾ ਹੋਵੇ, ਉਹਦੇ ਜਨਮ ਨੂੰ ਵੀ ਲੋਕ ਲੈਣ ਤੇ ਹੀ ਪਾਉਂਦੇ ਉਲਾਂਭੇ ਹੀ ਦਿੱਤੇ, ਕਹਿੰਦੇ ਨੇ ਕਿਉਂ ਜੰਮਿਆ, ਇਹਦਾ ਤੇ ਨਾ ਹੀ ਆਉਂਦਾ ਤਾਂ ਹੀ ਚੰਗਾ ਸੀ। ਜਨਮ ਦੀ ਆਪਣੀ ਕੋਈ ਵੈਲਿਊ ਨਹੀਂ ਹਾਰਕ ਦੇ ਬਰਾਬਰ, ਇੱਥੋਂ ਤੱਕ ਅਰਜ਼ ਕੀਤੀ ਸੀ। ਕਿਹੜੀ ਅਜੀਬ ਗੱਲ ਹੈ, ਜਨਮ ਦਾ ਸਾਡੀ ਮਰਜ਼ੀ ਨਾਲ ਕੋਈ ਸੰਬੰਧ ਨਹੀਂ, ਸਾਡੀ ਮਰਜ਼ੀ ਨਾਲ ਜਨਮ ਨਹੀਂ ਹੋਇਆ, ਉਹਦੇ ਤੇ ਸਾਡਾ ਕੋਈ ਅਧਿਕਾਰ ਨਹੀਂ, ਕੋਈ ਹੱਕ ਨਹੀਂ। ਅਸੀਂ ਆਖੀਏ ਅਸੀਂ ਫਲਾਣੇ ਦੇ ਘਰ ਜਨਮ ਲੈਣਾ ਤੇ ਰੱਬ ਸਾਨੂੰ ਉਸੇ ਦੇ ਘਰ ਜਨਮ ਦੇਵੇ, ਫਲਾਣੇ ਦੇਸ਼ ਵਿੱਚ ਅਸੀਂ ਜਨਮ ਲੈਣਾ ਸਾਨੂੰ ਉਸੇ ਦੇਸ਼ ਵਿੱਚ ਜਨਮ ਮਿਲੇ, ਸਾਡੀ ਮਰਜ਼ੀ ਹੋ ਗਈ। ਅਸੀਂ ਅਮੀਰ ਦੇ ਘਰ ਜਨਮ ਲੈਣਾ ਕਿ ਗਰੀਬ ਦੇ ਘਰ ਜਨਮ ਲੈਣਾ, ਸਾਡੀ ਮਰਜ਼ੀ ਬਿਲਕੁਲ ਨਹੀਂ, ਕਿਉਂਕਿ ਜਨਮ ਜਿਹੜਾ ਹੈ ਉਹ ਸੁਤੰਤਰ ਨੇ, ਪਤੰਤਰ ਹੈ, ਪੁੱਛਦਾ ਨਹੀਂ, ਇਸ ਲਈ ਜਨਮ ਤੇ ਤੇਰਾ ਕੋਈ ਅਧਿਕਾਰ ਨਹੀਂ। ਹਾਂ, ਜਨਮ ਦੇ ਇੱਕ ਪਲ ਬਾਅਦ ਜਿਹੜਾ ਜੀਵਨ ਸ਼ੁਰੂ ਹੋ ਜਾਂਦਾ ਹੈ ਨਾ, ਉਹਦੇ ਤੇ ਅਧਿਕਾਰ ਮੰਨਿਆ ਜਾ ਸਕਦਾ ਹੈ ਪਹਿਲਾਂ ਮਾਤਾ ਪਿਤਾ ਦਾ, ਜਦੋਂ ਸਮਝ ਆ ਜਾਏ ਉਦੋਂ ਤੇਰਾ, ਬਸ ਦੋ ਅਧਿਕਾਰੀ ਨੇ ਤੇਰੇ ਜੀਵਨ ਦੇ। ਜਿਉਂ ਜਿਉਂ ਵੱਡਾ ਹੁੰਦਾ ਜਾਣਾ ਤੇਰੇ ਜੀਵਨ ਦੇ ਅਧਿਕਾਰੀ ਬਦਲਦੇ ਜਾਂਦੇ, ਉਹਨਾਂ ਦੀ ਗਿਣਤੀ ਵੀ ਵੱਧਦੀ ਜਾਂਦੀ ਹੈ, ਦੋਸਤ ਵੀ ਤੇਰੇ ਜੀਵਨ ਦੇ ਅਧਿਕਾਰੀ ਹੋ ਜਾਂਦੇ, ਭਾਈਚਾਰਾ ਲੋਕ ਵੀ, ਈਵਨ ਸਰਕਾਰ ਵੀ ਤੇਰੇ ਜੀਵਨ ਦੇ ਅਧਿਕਾਰੀ ਹੋ ਜਾਂਦੀ ਜਿਸ ਦੇਸ਼ ਵਿੱਚ ਤੂੰ ਰਹਿਣਾ ਹੈ, ਤੇਰੀ ਪਤਨੀ ਵੀ ਤੇਰੇ ਜੀਵਨ ਦੇ ਅਧਿਕਾਰੀ ਹੋ ਜਾਂਦੀ ਹੈ, ਅਧਿਕਾਰੀ ਬਦਲਦੇ ਰਹਿੰਦੇ ਨੇ। ਪਰ ਖਿਆਲ ਕਰੀ, ਤੇਰੇ ਜਨਮ ਤੇ ਕਿਸੇ ਦਾ ਅਧਿਕਾਰ ਨਹੀਂ। ਜੇ ਮਾਂ ਬਾਪ ਆਖੇ ਮੇਰੇ ਘਰ ਪੁੱਤਰ ਨੇ ਜਨਮ ਲੈਣਾ ਕਿ ਧੀ ਨੇ ਜਨਮ ਲੈਣਾ, ਤੇਰੀ ਮਰਜ਼ੀ ਹੈ, ਮੇਰਾ ਪੁੱਤਰ ਕਾਲੇ ਰੰਗ ਦਾ ਹੋਵੇ ਕਿ ਗੋਰੇ ਰੰਗ ਦਾ ਹੋਵੇ, ਕੋਈ ਮਰਜ਼ੀ ਨਹੀਂ, ਨਾ ਮਾਤਾ ਪਿਤਾ ਦੀ ਮਰਜ਼ੀ ਨਾ ਤੇਰੀ ਮਰਜ਼ੀ। ਇਸ ਲਈ ਜਨਮ ਇੱਕ ਉਹ ਕਿਰਿਆ ਹੈ ਜਿਹਦੇ ਨਾਲ ਤੇਰਾ ਸਿੱਧਾ ਕੋਈ ਸੰਬੰਧ ਨਹੀਂ। ਹਾਂ, ਉਸ ਜਨਮ ਤੋਂ ਪਲ ਬਾਅਦ ਜਿਹੜੀ ਸ਼ੁਰੂ ਹੁੰਦੀ ਹੈ ਨਾ, ਉਹਨੂੰ ਕਹਿੰਦੇ ਨੇ ਜੀਵਨ, ਉਹਦੇ ਚ ਤੇਰਾ ਵੀ ਅਧਿਕਾਰੀ ਹਿੱਸਾ ਤੇ ਬਾਕੀ ਵੀ ਬਹੁਤ ਸਾਰੇ ਅਧਿਕਾਰੀ। ਇਸ ਲਈ ਜੇ ਉਹ ਚੰਗਾ ਹੈ ਜਾਂ ਮੰਦਾ ਹੈ, ਉਹਦਾ ਉਲਾਂਭਾ
ਜਾਂ ਉਹਦੀ ਵਡਿਆਈ ਤੈਨੂੰ ਵੀ ਹੈ, ਤੇਰੇ ਦੋਸਤਾਂ ਨੂੰ ਵੀ ਹੈ ਜਿਨ੍ਹਾਂ ਦੀ ਸੰਗਤ ਵਿੱਚ ਤੂੰ ਰਹਿੰਦਾ, ਤੇਰੇ ਮਾਤਾ ਪਿਤਾ ਨੂੰ ਵੀ ਜੋ ਚੰਗੀ ਸਿੱਖਿਆ ਨਹੀਂ ਦਿੱਤੀ ਜੀ ਲੋਕਾਂ ਦੇ, ਕਿਉਂਕਿ ਉਹ ਅਧਿਕਾਰ ਜਿਹੜਾ ਅਧਿਕਾਰੀ ਹੋਵੇਗਾ ਉਹੋ ਹੀ ਜ਼ਿੰਮੇਵਾਰ ਹੋਵੇਗਾ, ਉਸੇ ਨੂੰ ਉਲਾਂਭਾ ਹੋਵੇਗਾ। ਹੁਣ ਜੀਵਨ ਦੇ ਕਿਉਂਕਿ ਕਈ ਅਧਿਕਾਰੀ ਨੇ, ਇਸ ਲਈ ਕਈਆਂ ਨੂੰ ਉਲਾਂਭਾ ਹੈ, ਕਈਆਂ ਨੂੰ ਉਲਾਂਭਾ ਹੈ। ਹੁਣ ਇੱਥੇ ਰੁਕਣਾ ਹੈ, ਮਨੁੱਖ ਦੇ ਜੀਵਨ ਦੀ ਸਾਰੀ ਕਿਰਿਆ ਜਿਹੜੀ ਹੈ ਉਹ ਮਰਨ ਤੇ ਜੀਵਨ ਤੇ ਖੜੀ, ਜਨਮ ਤੇ ਬਿਲਕੁਲ ਨਹੀਂ। ਮਰਨ ਤੋਂ ਮਨੁੱਖ ਦੋ ਚੀਜ਼ਾਂ ਤੇ ਆਪਣਾ ਸਾਰਾ ਜ਼ੋਰ ਲਾ ਰਿਹਾ ਹੈ ਆਪਣੀ ਜ਼ਿੰਦਗੀ ਵਿੱਚ, ਜੀਵਨ ਨੂੰ ਸਵਾਰਨਾ ਕਿਵੇਂ, ਇਹਨੂੰ ਸਜਾਉਣਾ ਕਿਵੇਂ, ਜੀਵਨ ਦੀਆਂ ਲੋੜਾਂ ਕਿਵੇਂ ਪੂਰੀਆਂ ਕਰਨੀਆਂ ਨੇ ਜ਼ਿੰਮੇਵਾਰੀ ਹੈ। ਤੇ ਦੂਜਾ ਪੱਖ ਹੈ ਮਰਨ ਤੋਂ ਬਚਣਾ ਕਿਵੇਂ ਹੈ। ਲਓ ਮਨੁੱਖ ਦੇ ਜੀਵਨ ਦੇ ਦੋ ਸਾਹਮਣੇ ਸ਼ੰਕੇ ਖੜੇ, ਫਿਕਰ ਖੜੇ, ਚਿੰਤਾ ਖੜੀਆਂ ਨੇ, ਔਰ ਦੋਨੋਂ ਹੀ ਪਰੇਸ਼ਾਨੀਆਂ ਨੇ। ਸਾਰੀ ਜ਼ਿੰਦਗੀ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਮਨੁੱਖ ਸੰਘਰਸ਼ ਕਰੀ ਜਾਂਦਾ ਹੈ। ਜੇ ਕੋਈ ਜੌਬ ਤੇ ਰਾਤਾਂ ਲਾਉਂਦਾ ਹੈ, ਓਵਰ ਟਾਈਮ ਲਾਉਂਦਾ ਹੈ, ਤਾਂ ਇਸ ਲਈ ਤਾਂ ਕਿ ਜੀਵਨ ਦੀਆਂ ਲੋੜਾਂ ਪੂਰੀਆਂ ਹੋ ਸਕਣ, ਮਰਨ ਦੀ ਲੋੜ ਨਹੀਂ ਬਿਲਕੁਲ ਨਹੀਂ, ਕਿਉਂਕਿ ਮਰਨ ਦੀ ਤਾਂ ਕੋਈ ਲੋੜ ਹੀ ਨਹੀਂ, ਮਰਨ ਤੇ ਜਾ ਕੇ ਲੋੜਾਂ ਖਤਮ ਹੋ ਜਾਂਦੀਆਂ। ਬਾਬਾ ਕਬੀਰ ਜੀ ਦੀ ਬਾਣੀ ਦੇ ਇਸ ਲਫ਼ਜ਼ ਦੀ ਗੱਲ ਹੈ ਵੀ ਚੋਕਣਾ ਚਾਹੁੰਦਾ, ਮਨੁੱਖ ਜਿਹੜਾ ਹੈ ਉਹ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਦਿਨ ਰਾਤ ਦੁਖੀ ਹੋ ਰਿਹਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਇਸ ਲਈ ਕਹਿ ਦਿੱਤਾ, ਕਹਿਣ ਲੱਗੇ ਸੁਖ ਕੇ ਹੇਤ ਬਹੁਤ ਦੁੱਖ ਪਾਵਤ। ਜੀਵਨ ਨੂੰ ਸੁਖੀ ਕਰਨ ਵਾਸਤੇ ਵੀ ਮੇਰੇ ਘਰ ਦੌਲਤ ਆ ਜਾਏ ਮੇਰਾ ਜੀਵਨ ਸੁਖੀ ਹੋ ਜਾਏਗਾ, ਮੇਰਾ ਮਕਾਨ ਬਣ ਜਾਏ ਮੇਰਾ ਜੀਵਨ ਸੁਖੀ ਹੋ ਜਾਏਗਾ, ਆ ਮੇਰਾ ਬੈਂਕ ਬੈਲੈਂਸ ਆ ਜਾਏ ਮੇਰਾ ਜੀਵਨ ਸੁਖੀ ਹੋ ਜਾਏਗਾ, ਆ ਮੈਂ ਕਾਰ ਖਰੀਦ ਲਵਾਂ ਮੇਰਾ ਜੀਵਨ ਸੁਖੀ ਹੋ ਜਾਏ। ਸਾਰਾ ਕੁਝ ਸੁੱਖਾਂ ਲਈ ਤੇ ਦੁੱਖ ਪਾ ਰਿਹਾ, ਓਵਰ ਟਾਈਮ ਲਗਾ ਰਿਹਾ, ਨੀਂਦ ਆ ਨਹੀਂ ਰਹੀ, ਭਾਲ ਰਿਹਾ ਸੁੱਖ। ਗੁਰੂ ਤੇਗ ਬਹਾਦਰ ਸਾਹਿਬ ਆਖ ਰਹੇ ਨੇ ਸਾਹਮਣੇ ਪਰੇਸ਼ਾਨੀਆਂ ਨੇ, ਜੀਵਨ ਨੂੰ ਸਵਾਰਨਾ ਸੰਭਾਲਣਾ ਤੇ ਮੌਤ ਤੋਂ ਬਚਣਾ। ਸਾਰੀ ਜ਼ਿੰਦਗੀ ਇਸੇ ਚੀਜ਼ ਤੇ ਇਹਨਾਂ ਦੋ ਗੱਲਾਂ ਤੇ ਦੁਖੀ ਹੋ ਰਿਹਾ। ਗੁਰੂ ਦੀ ਬਾਣੀ ਅੰਦਰ ਕਈ ਵਾਰੀ ਮੈਂ ਹੈਰਾਨ ਹੁੰਦਾ ਕਿਉਂ ਜੇ ਲਫ਼ਜ਼ ਵਰਤ ਦਿੱਤੇ ਨੇ, ਕਿਉਂ ਨੀ ਸਪਸ਼ਟ ਨੇ, ਕਹਿੰਦੇ ਨੇ ਇਕੱਠੀ ਕਰ ਰਿਹਾ ਹੈ, ਸਹੇੜ ਰਿਹਾ, ਸਾਡਾ ਪੰਜਾਬੀ ਦਾ ਲਫ਼ਜ਼ ਹੈ ਸਹੇੜ ਲੈਣਾ, ਜਿੰਨਾ ਦੁਖੀ ਹੋ ਰਿਹਾ ਦੁਨੀਆਂ ਸਹੇੜ ਰਹੀ, ਦੁਨੀਆਂ ਆਪਣੀ ਮੁੱਠੀ ਚ ਕਰ ਲਵਾਂ, ਸਾਰੀ ਦੁਨੀਆਂ ਮੇਰੀ ਮੁੱਠੀ ਚ ਹੋ ਗਈ, ਇਸ ਲਈ ਦੁਖੀ ਪਿਆ ਹੁੰਦਾ, ਇਸ ਲਈ ਪਰੇਸ਼ਾਨ ਪਿਆ ਹੁੰਦਾ। ਇਹ ਕਿਹੜੀ ਅਜੀਬ ਗੱਲ ਹੈ, ਜਿਹਦੀ ਪ੍ਰਾਪਤੀ ਵੀ ਦੁਖੀ ਕਰ ਰਹੀ ਹੋ ਗਈ ਹੈ, ਜੇ ਉਹ ਦੁਨੀਆਂ ਹੱਥੋਂ ਚਲੀ ਜਾਏ ਤੇ ਤਦ ਵੀ ਪਿਆਰ ਹੁੰਦਾ। ਤੇਜੀ ਜੀ ਵੀ ਗੱਲ ਪਹਿਲਾਂ ਪ੍ਰਾਪਤੀ ਲਈ ਰੋ ਰਿਹਾ ਸੀ, ਹੁਣ ਜੇ ਚਲੀ ਗਈ ਹੈ ਤੇ ਤਾਂ ਦੁਖੀ ਹੋ ਰਿਹਾ। ਗੁਰੂ ਕਹਿੰਦੇ ਨੇ ਦੁਖੀ ਦੁਨੀ ਸਹੇੜੀ ਹੈ, ਜਾਏ ਤਾਂ ਲੱਗੇ ਦੁੱਖ। ਕੈਸੀ ਦੁਨੀਆ, ਕੈਸਾ ਜੀਵਨ, ਕਦੀ ਦੁਨੀਆ ਕਾਹਦਾ ਸੰਸਾਰ ਹੈ, ਜਿਹਨੂੰ ਸਹੇੜਨ ਲੱਗੇ ਵੀ ਦੁਖੀ, ਜੇ ਚਲਾ ਜਾਏ ਤਾਂ ਵੀ ਦੁਖੀ, ਆ ਜਾਏ ਤਾਂ ਵੀ ਦੁਖੀ, ਚਲਾ ਜਾਏ ਤਾਂ ਵੀ ਦੁਖੀ। ਪਰ ਗੁਰੂ ਕਹਿੰਦੇ ਨੇ ਕਿਹੜੇ
ਗੱਲ ਹੈ ਬਾਬਾ ਕਬੀਰ ਜੀ ਦੇ ਲਫ਼ਜ਼ ਨੇ, ਕਹਿੰਦੇ ਨੇ ਜੀਵਨ ਨੂੰ ਸਵਾਰਨ ਲਈ ਤੇ ਮਰਨ ਤੋਂ ਬਚਣ ਲਈ ਮਨੁੱਖ ਦਾ ਹਰ ਪਲ ਦੁਖੀ ਹੋ ਰਿਹਾ, ਪਰੇਸ਼ਾਨੀਆਂ ਵਿੱਚ ਘਿਰਿਆ ਹੋਇਆ। ਪਰ ਬਾਬਾ ਕਬੀਰ ਇੱਕ ਖਿਆਲ ਦਿੰਦੇ ਨੇ, ਕਹਿੰਦੇ ਨੇ ਮੇਰੀ ਤਾਂ ਇਹ ਸ਼ੰਕਾ, ਇਹ ਫਿਕਰ, ਇਹ ਚਿੰਤਾ, ਇਹ ਭਰਮ ਹੀ ਮੁੱਕ ਗਿਆ। ਨਾ ਮਰਨ ਦੀ ਚਿੰਤਾ ਰਹੀ, ਨਾ ਜੀਵਨ ਦਾ ਫਿਕਰ ਰਿਹਾ। ਇੱਥੇ ਰੁਕਣਾ, ਸ਼ਬਦ ਦਾ ਆਰੰਭ ਕਹਿੰਦੇ ਨੇ। ਜੇ ਮਨੁੱਖ ਕਈ ਵਾਰ ਗੁਲਾਮ ਹੁੰਦਾ ਹੈ, ਆਤਮਾ ਗੁਲਾਮ ਕਰਦਾ ਹੈ, ਕਿਸੇ ਦੇ ਅਧੀਨ ਹੁੰਦਾ ਹੈ, ਤੇ ਕਿਸ ਲਈ? ਕਿਉਂਕਿ ਉਹਨੇ ਮੌਤ ਦਾ ਡਰ ਦੇ ਦਿੱਤਾ ਹੈ, ਉਸ ਧਮਕੀ ਦੇ ਸਾਹਮਣੇ ਸਿਰ ਝੁਕਾ ਲਿਆ, ਆਪਣਾ ਸਾਰਾ ਕਿਰਦਾਰ ਛੱਡ ਦੇ, ਕਿਉਂਕਿ ਮੇਰੇ ਸਾਹਮਣੇ ਉਹ ਮੌਤ ਲੈ ਕੇ ਖਲੋਤਾ ਹੈ ਜਿਹੜੀ ਮੈਂ ਨਹੀਂ ਚਾਹੁੰਦਾ। ਬਸ ਜਿੰਦੇ ਹਿਰਦੇ ਚੋਂ ਮੌਤ ਦਾ ਖੌਫ ਦੂਰ ਹੋ ਜਾਏ। ਸੋਚੋ, ਜਿੰਦੇ ਦਿਲ ਵਿੱਚੋਂ ਮੌਤ ਦਾ ਖੌਫ ਹੀ ਦੂਰ ਹੋ ਜਾਏ, ਮੌਤ ਦਾ ਡਰ ਹੀ ਨਾ ਰਹੇ, ਉਹ ਕਿਸੇ ਦਾ ਗੁਲਾਮ ਹੋਏਗਾ? ਉਹ ਆਪਣਾ ਕਿਰਦਾਰ ਛੱਡੇਗਾ? ਉਹਦੀ ਆਪਣੀ ਗੈਰਤ ਨੂੰ ਕੋਈ ਚੈਲੰਜ ਕਰ ਸਕੇਗਾ? ਕਿਉਂਕਿ ਕਿਹੜੀ ਕਿਸ ਗੱਲ 'ਤੇ ਚੈਲੰਜ ਕਰੇਗਾ? ਜ਼ਿਆਦਾ ਤੋਂ ਜ਼ਿਆਦਾ ਤੂੰ ਮੇਰੇ 'ਤੇ ਕੋਈ ਪ੍ਰਭਾਵ ਦੇ ਸਕਣਾ ਅਤੇ ਮੌਤ ਤਾਂ ਦੇ ਸਕਣਾ ਨਾ, ਉਹ ਤਾਂ ਮੇਰੀ ਚਿੰਤਾ ਹੀ ਖਤਮ ਹੋ ਗਈ। ਅਬ ਕੈਸੇ ਮਰੋ, ਮਰਨ ਮਨ ਮੰਨਿਆ ਦੀ ਹਾਲਤ ਹੋ ਗਈ। ਲਓ ਇੱਥੇ ਰੁਕਣਾ ਚਾਹੁੰਦਾ। ਬਾਬਾ ਕਬੀਰ ਆਖਦੇ ਨੇ, ਰੁਕਣਾ ਇਹ ਹੈ, ਕਹਿੰਦੇ ਨੇ ਕਿਉਂਕਿ ਜਿੰਨੀ ਦੇਰ ਸਹਿਜ ਨਹੀਂ ਪ੍ਰਕਾਸ਼ ਹੋਇਆ ਸੀ, ਸਹਿਜ ਦਾ ਰੰਗ ਲੱਗਿਆ ਗਿਆਨ, ਜਿੰਨੀ ਦੇਰ ਸਹਿਜ ਦਾ ਪ੍ਰਕਾਸ਼, ਗਿਆਨ ਦਾ ਪ੍ਰਕਾਸ਼ ਨਹੀਂ, ਗਿਆਨ ਦਾ ਚਾਨਣ ਨਹੀਂ ਸੀ ਹੋਇਆ, ਨਾ ਮੈਂ ਜੀਵਨ ਨੂੰ ਪਛਾਣ ਸਕਿਆ, ਨਾ ਮੈਂ ਮੌਤ ਨੂੰ ਪਛਾਣ ਸਕਿਆ, ਮੈਂ ਸਰੀਰ ਨੂੰ ਹੀ ਜੀਵਨ ਸਮਝ ਲਿਆ, ਸਰੀਰ ਨੂੰ ਹੀ ਮੌਤ ਸਮਝ ਲਿਆ। ਲਓ ਇੱਥੇ ਰੁਕਣਾ ਚਾਹੁੰਦਾ। ਜਿਹਨੇ ਮੈਨੂੰ ਗੁਲਾਮ ਕਰਨਾ ਚਾਹਿਆ ਉਹ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਸਰੀਰ ਦੀ ਮੌਤ ਦੇ ਸਕਦਾ ਨਾ, ਤੇ ਜੇ ਮੈਂ ਉਹਦੇ ਕੋਲ ਵੱਧ ਜਾਂ ਤੇ ਸਰੀਰ ਕਰਕੇ ਹੀ ਜਿਉਂਦਾ ਰਹਿ ਸਕਣਾ, ਆਤਮਾ ਤੇ ਮਰ ਗਈ, ਆਤਮਾ ਤੇ ਮਰ ਗਈ। ਇੱਕ ਦਿਨ ਪਹਿਲਾਂ ਇੱਕ ਆਰਟੀਕਲ ਦੇਖਿਆ ਸਰ, ਜਿਹਦੇ ਮੈਂ ਲਫ਼ਜ਼ ਵਰਤੇ ਸਨ, ਜਿਸਦਾ ਹੈਡਿੰਗ ਹੀ ਇਹ ਸੀ ਕਿ ਕਬਰਸਤਾਨ ਦੀ ਖਾਮੋਸ਼ੀ। ਕਬਰਸਤਾਨ ਦੀ ਖਾਮੋਸ਼ੀ ਕੀ ਹੈ? ਦੁਨੀਆ ਦਾ ਹਰ ਮਨੁੱਖ ਔਰ ਆਤਮਾ, ਮਰੀ ਹੋਈ ਆਤਮਾ ਜਿਹਦੀ ਆਪਣੀ ਕੋਈ ਆਵਾਜ਼ ਨਹੀਂ, ਜਿਹਦੀ ਆਪਣੀ ਆਵਾਜ਼ ਖਾਮੋਸ਼ ਹੋ ਜਾਏ, ਜਿਹਦੇ ਬੋਲ ਖਤਮ। ਮੌਤ ਦੀ ਨਿਸ਼ਾਨੀ ਕੀ ਹੈ? ਬੋਲ ਖਤਮ ਹੋ ਜਾਂਦੇ ਨੇ, ਮਨੁੱਖ ਬੋਲ ਨਹੀਂ ਸਕਦਾ, ਖਾਮੋਸ਼ ਹੋ ਜਾਂਦਾ। ਤੇ ਜੇ ਕੋਈ ਜਿਉਂਦਿਆਂ ਬਾਬਾ ਗੁਰੂ ਤੇ ਆਵਾਜ਼ ਦੇ ਰਿਹਾ ਹੋਏ ਕਿ ਬੋਲ ਸੋ ਧਰਮੀ ਡਿਆ ਮੋਨ ਕਤ ਧਾਰੀ ਰਾਮ, ਉਹ ਧਰਮੀਆਂ ਬੋਲ, ਤੂੰ ਕਿਉਂ ਖਾਮੋਸ਼ ਹੋ ਗਿਆ? ਤੂੰ ਸੱਚ ਨਹੀਂ ਬੋਲੇਗਾ, ਹੋਰ ਕੌਣ ਬੋਲੇਗਾ? ਬੋਲ ਸੋ ਧਰਮੀ ਡਿਆ ਮੋਨ ਕਤ ਧਾਰੀ ਰਾਮ, ਤੂੰ ਨੇਤਰੀ ਦੇਖ ਚੱਲਿਆ, ਸਭ ਕੁਝ ਅੱਖਾਂ ਨਾਲ ਪਿਆ ਦੇਖਣਾ ਹੈ, ਤੇ ਫਿਰ ਖਾਮੋਸ਼ ਹੈ, ਤੈਨੂੰ ਮੈਂ ਜਿਉਂਦਾ ਕਿਵੇਂ ਆਖਾਂ? ਲਓ ਇੱਥੇ ਰੱਖਣਾ ਚਾਹੁੰਦਾ।
ਜੀਉਂਦਾ ਕਿਵੇਂ ਆਖਾਂ? ਭਲਾ ਉਹ ਮੁਰਦਾ ਜਿਹੜਾ ਸਰੀਰ ਕਰਕੇ ਉਹ ਤਾਂ ਦੇਖ ਵੀ ਨਹੀਂ ਰਿਹਾ, ਇਸ ਲਈ ਖਾਮੋਸ਼ ਹੈ। ਕਹਿਣ ਲੱਗੇ ਤੇਰੇ ਤੇ ਮੈਨੂੰ ਦੁੱਖ ਹੋਇਆ, ਤੂੰ ਸਭ ਕੁਝ ਦੇਖ ਰਹੇ ਦੇਖ ਕੇ ਵੀ ਖਾਮੋਸ਼ ਹੈ, ਸੱਚ ਬੋਲਣ ਦੀ ਤੇਰੀ ਜ਼ਰੂਰਤ ਨਹੀਂ, ਤੇਰੇ ਤੋਂ ਜ਼ਿਆਦਾ ਮੁਰਦਾ ਵੱਡਾ ਹੋਰ ਕਿਹੜਾ ਹੋ ਸਕਦਾ ਹੈ? ਬਣਦੇ ਫੈਸਲੇ ਮੁਰਦੇ ਦੀ ਨਿਸ਼ਾਨੀ ਇਹ ਹੈ ਕਿ ਬੋਲ ਨਹੀਂ ਸਕਦਾ, ਮੁਰਦੇ ਦੀ ਨਿਸ਼ਾਨੀ ਇਹ ਹੋ ਕੁਛ ਕਰ ਨਹੀਂ ਸਕਦਾ। ਜਿਹੜੀ ਆਤਮਾ ਦੀ ਗੈਰਤ ਜ਼ੁਰਤ ਖਤਮ ਹੋ ਜਾਏ, ਸੱਚ ਬੋਲਣ ਦੀ ਸ਼ਕਤੀ ਨਾ ਰਹੇ, ਜੇ ਉਹ ਕਿਸੇ ਸਰੀਰ ਵਿੱਚ ਹੈ ਤੇ ਮੁਰਦਾ ਜਿਹਦੇ ਵਿੱਚ ਹੁੰਦਾ ਉਹ ਕੀ ਹੁੰਦਾ? ਕਬਰ, ਕਬਰਾਂ ਵਿੱਚ ਕੀ ਹੁੰਦਾ? ਮੁਰਦੇ। ਤੇ ਮੈਂ ਆਖਿਆ ਮੈਨੂੰ ਨਜ਼ਰ ਆਉਂਦਾ ਹੈ ਅੱਜ ਸਰੀਰ ਸਾਡੇ ਕਬਰਸਤਾਨ ਬਣ ਗਏ ਨੇ, ਹਰ ਸਰੀਰ ਇੱਕ ਕਬਰ ਹੈ, ਉਹਦੇ ਵਿੱਚ ਮਰੀ ਹੋਈ ਆਤਮਾ ਲੈ ਕੇ ਮਨੁੱਖ ਤੁਰ ਰਿਹਾ ਹੈ, ਇਹ ਤੁਰਦੀ ਫਿਰਦੀ ਕਬਰ ਹੈ, ਕਿਉਂਕਿ ਆਵਾਜ਼ ਕੋਈ ਨਹੀਂ, ਸੱਚ ਦਾ ਪਹਿਰਾ ਕੋਈ ਨਹੀਂ। ਹੁਣ ਸਵਾਲ ਤਾਂ ਇਹ ਹੈ ਵੀ ਆਤਮਾ ਮਰੀ ਕਿਵੇਂ, ਆਤਮਾ ਮਰੀ ਕਿਵੇਂ? ਕਿਉਂਕਿ ਨਾ ਉਹ ਮਰਨ ਨੂੰ ਸਮਝ ਸਕੀ, ਨਾ ਉਹ ਜੀਵਨ ਨੂੰ ਸਮਝ ਸਕੀ। ਸਾਰਾ ਜ਼ੋਰ ਤੇ ਇਹਨਾਂ ਦੋ ਚੀਜ਼ਾਂ ਤੇ ਸੀ, ਮਰਨ ਤੋਂ ਡਰ ਬਚਣ ਦਾ ਤੇ ਜੀਵਨ ਨੂੰ ਸਜਾਉਣ ਦਾ। ਨਾ ਮੌਤ ਸਮਝ ਸਕੀ, ਮਰਨ ਸਮਝ ਸਕੀ, ਨਾ ਜੀਵਨ ਨੂੰ ਪਛਾਣ ਸਕੀ। ਤੇ ਗੁਰੂ ਨੇ ਆਖ ਦਿੱਤਾ ਇਹਨਾਂ ਦੋਵਾਂ ਚੀਜ਼ਾਂ ਨੂੰ ਪਛਾਣਨ ਲਈ ਗਿਆਨ ਦੀ ਲੋੜ ਸੀ। ਅਸੀਂ ਤੇਰੀ ਤਾਂ ਸਰੀਰ ਨੂੰ ਹੀ ਮੌਤ ਤੇ ਸਰੀਰ ਨੂੰ ਹੀ ਜੀਵਨ ਸਮਝੀ ਬੈਠੇ ਹਾਂ, ਸਰੀਰ ਨੂੰ ਸ਼ਿੰਗਾਰ ਰਹੇ ਹਾਂ। ਸਰੀਰ ਕਰਕੇ ਹੀ ਅਸੀਂ ਸਾਰਾ ਕੁਝ ਧਰਮ ਤੇ ਧਰਮ ਦੇ ਰੂਪ ਬਣਾ ਰਹੇ ਹਾਂ, ਤੇ ਸਰੀਰ ਕਰਕੇ ਹੀ ਮੌਤ ਤੋਂ ਡਰਨਾ ਚਾਹੁੰਦੇ ਹਾਂ, ਬਚਣਾ ਚਾਹੁੰਦੇ ਹਾਂ, ਇਸ ਲਈ ਸਾਰਾ ਕੁਝ ਸਰੀਰ ਤੇ ਖੜਾ ਕਰ ਲਿਆ। ਜਿਹੜਾ ਗੁਰੂ ਕਹਿੰਦਾ ਇੱਥੋਂ ਨਜ਼ਰ ਆਉਂਦਾ ਵੀ ਤੈਨੂੰ ਗਿਆਨ ਕੋਈ ਨਹੀਂ। ਜਿਸ ਦਿਨ ਤੂੰ ਗਿਆਨ ਦੇ ਖੇਤਰ ਵਿੱਚ ਗਿਓ, ਆਪਣੇ ਰੰਗ ਸਹਿਜ ਪ੍ਰਗਟ ਸੀ, ਵਿਸ਼ਵਾਸ ਕਰ, ਫਿਰ ਉਸ ਦਿਨ ਤੈਨੂੰ ਪਤਾ ਲੱਗ ਜਾਏਗਾ ਇਹ ਸਰੀਰ ਜੀਵਨ ਨਹੀਂ, ਤੂੰ ਇਹਦੇ ਸ਼ਿੰਗਾਰ ਵਿੱਚ ਹੀ ਸਾਰੀ ਜ਼ਿੰਦਗੀ ਨਹੀਂ ਬਿਤਾਏਗਾ, ਫਿਰ ਤੈਨੂੰ ਪਤਾ ਲੱਗ ਜਾਏਗਾ ਇਹ ਸਰੀਰ ਮੌਤ ਨਹੀਂ, ਫਿਰ ਇਸ ਮੌਤ ਤੋਂ ਬਚਣ ਦੀ ਦਿਨ ਰਾਤ ਤਹੀਏ ਵਿੱਚ ਨਹੀਂ ਪਾਏਗਾ। ਕਹਿਣ ਲੱਗੇ ਮਰਨ ਜੀਵਨ ਦੇ ਸੰਕਾਰ ਨਾਸੀ, ਸਹਿਜ ਪ੍ਰਗਾਸੀ ਪ੍ਰਗਟੀ ਜੋਤ, ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਅਗਿਆਨਤਾ ਦਾ ਅੰਧਿਆਰਾ ਖਤਮ ਹੋ ਗਿਆ। ਅੰਦਰ ਸ਼ਬਦ ਦੀ ਜੋਤ ਜਗ ਪਈ, ਗਿਆਨ ਦਾ ਸਹਿਜ ਦਾ ਦੀਵਾ ਜਗ ਪਿਆ। ਉਸ ਜਗਦੇ ਹੋਏ ਦੀਵੇ ਵਿੱਚ ਮੈਂ ਮੌਤ ਨੂੰ ਵੀ ਪਛਾਣ ਲਿਆ ਤੇ ਜੀਵਨ ਨੂੰ ਵੀ ਪਛਾਣ ਲਿਆ, ਹੁਣ ਮੇਰੀ ਸ਼ੰਕਾ ਖਤਮ ਹੋ ਗਈ। ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰ ਤੂੰ ਵਿਚਾਰਾ। ਇੱਥੋਂ ਰੁਕਣਾ, ਇਹਦਾ ਮਤਲਬ ਇਹ ਸਾਰਾ ਕੁਝ ਵਿਚਾਰ ਤੇ ਖੜਾ। ਗਿਆਨ ਵੀ ਜੇ ਮਿਲਦਾ ਹੈ, ਜੇ ਇਹ ਜੋਤ ਵੀ ਜਗਦੀ ਹੈ, ਤਾਂ ਇਹ ਵਿਚਾਰ ਤੇ ਹੀ ਜਗਦੀ ਹੈ। ਮੈਂ ਇਸ ਲਈ ਕਈ ਵਾਰ ਕਹਿੰਦਾ ਸਾਨੂੰ ਤਾਂ ਗੁਰੂ ਨੇ ਬਖਸ਼ਿਸ਼ ਕਰਕੇ ਵਿਚਾਰ ਦੇ ਲੜ ਲਾ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ? ਵਿਚਾਰ। ਅਸੀਂ ਇਸ ਲਈ ਅਰਦਾਸ ਵਿੱਚ ਇੱਕ ਲਫ਼ਜ਼ ਵਧਾਇਆ ਸੀ, ਉਹ ਇਹ ਕਿ ਅੱਗੇ ਸੀ ਸਿਰਫ ਪਾਠ ਤੇ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਸੀਂ ਉੱਥੇ ਇੱਕ ਲਫ਼ਜ਼ ਬਣਾਇਆ ਨਹੀਂ, ਪਾਠ ਦੀਦਾਰ ਵਿਚਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜੇ ਮਨ ਪਾਠ ਕਰਦਾ ਰਹੇ, ਦੇਖ ਕੇ ਚਲਾ ਜਾਏ, ਵਿਚਾਰ ਕਰੇ ਹੀ ਨਾ ਬਾਣੀ ਕੀ ਹੁਕਮ ਕਰਦੀ ਹੈ, ਤੇ ਸਾਰੀ ਜ਼ਿੰਦਗੀ ਕਰੀ ਦੇ। ਇੱਥੇ ਵੀ ਗੁਰੂ ਨੇ ਆਖਿਆ, ਕਹਿਣ ਲੱਗੇ ਵਿਸ਼ਵਾਸ ਕਰ, ਜਿਹੜਾ ਗਿਆਨ ਦਾ ਚਾਨਣ ਹੁੰਦਾ ਹੈ ਉਹ ਵਿਚਾਰ ਵਿੱਚੋਂ ਹੁੰਦਾ ਹੈ।
राम रतन पाया, राम रतन पाया करत बिचारा। फिर कहने लगे की होया, जय आनंद उस ज्ञान दे सूरज विच मैं उस घर विच पहुंच गया जिथे मौत दा डर ते जीवन नु स्वारण दा फिकर नहीं सी। जय आनंद दुख दूर पयाना। दुख ते चले गए, ये तो दुख करते सन जब जीवन नु शिंगारन दा दुख सी, जब मौत तो डरन दा दुख सी। दुख चले गए क्योंकि मैनू पता लग गया मौत की है जीवन की। हुण ये माणक जिहड़ा पहला पत्थर दे रूप विच सी, हुण पत्थरां विचों एक माणक कीमती हीरा बन गया। क्यों? क्योंकि इहने अंदर उस सहज नूं लिव नाल सुरती नाल अपने अंदर संभाल लिया। मन माणक लिव तात लुकाना, मन माणक लिव तात लुकाना। ते नतीजा की होया, हुण इस मन नूं उस सहज ज्ञान की रोशनी विच पता लग गया कि ना मैनू कोई मार सकता है, ना मैनू कोई जीवन दे सकता है। ये तो जो कुछ होना है मेरे मालिक की मर्जी नाल होना, मैं ना अगे सिर क्यों चुकावा। जो कुछ हो जीवन रब दे समर्पण कर दिता कि तेरी मर्जी नाल ही सब कुछ होना है, मैं किसी को नो क्यों डरा। कहन लगे जीव जे जिन ए बूझिया, कहन लगे जो जो कुछ हुआ सो तेरा, जो ए बूझ है जेड़ा इस गल नु समझ लै सो सह समझ, ਉਹ ਸਮਝੋ ਗਿਆਨ ਰੂਪ ਹੋ ਗਿਆ, ਪ੍ਰਕਾਸ਼ ਰੂਪ ਹੋ ਗਿਆ, ਉਹਦੇ ਵਿੱਚ ਸਮਾ ਗਿਆ। ਉਹਨੂੰ ਪਤਾ ਲੱਗ ਗਿਆ ਮੌਤ ਕੀ ਹੈ, ਜੀਵਨ ਕੀ ਹੈ। ਹੁਣ ਨਾ ਉਹਨੂੰ ਮੌਤ ਸਤਾਉਂਦੀ ਹੈ, ਨਾ ਉਹਨੂੰ ਜੀਵਨ ਦਾ ਕੋਈ ਦੁੱਖ ਹੈ। ਕਹਿਣ ਲੱਗੇ ਜੋ ਕਿਛ ਹੋਆ ਸੋ ਤੇਰਾ ਭਾਣਾ, ਜੋ ਇਹ ਬੂਝੇ कि जिन्ने किलविख दुख पाप संसारे खीण हो गए, खत्म हो गए जिस दिन मैनू ज्ञान दी रोशनी मिली। कहत कबीर किलविख गए खीणा, मन भया। मन तो जीवन विच समा गया, ਜਿਹੜਾ ਸੰਸਾਰ ਨੂੰ ਜੀਵਨ ਦੇਣ ਵਾਲਾ ਹੈ ਉਹਦੇ ਵਿੱਚ ਸਮਾ ਗਿਆ, ਇੱਕ ਹੋ ਗਿਆ। ਹੁਣ ਮੌਤ ਦਾ ਡਰ ਕਿੱਥੇ? ਮਨ ਭਾਇਆ ਜਗ ਜੀਵਨ ਲਿਆ, ਮਰਨੇ ਜੀਵਨ ਕੀ ਸੰਕਾ ਨਸੀ, ਮਰਨੇ ਜੀਵਨ ਕੀ
ਦੱਸ ਮਰਨ ਤੇ ਜੀਵਨ ਸਾਡੇ ਨਾਲ ਸੰਬੰਧ ਰੱਖਦਾ ਹੈ, ਜਨਮ ਨਹੀਂ। ਮਰਨ ਤੇ ਜੀਵਨ ਨੂੰ ਜਿਸ ਨੇ ਸਮਝ ਲਿਆ ਉਹਦੇ ਸਾਰੇ ਭਰਮ ਦੂਰ ਹੋ ਗਏ। ਉਹ ਆਤਮਾ ਕਦੀ ਮਰਦੀ ਨਹੀਂ, ਉਹ ਆਤਮਾ ਕਦੀ ਗੁਲਾਮ ਨਹੀਂ ਹੁੰਦੀ। ਗੁਰੂ ਕਹਿੰਦੇ ਨੇ ਜਿਹੜਾ ਸਹਿਜ ਵਿੱਚ ਜਾ ਕੇ, ਗਿਆਨ ਵਿੱਚ ਜਾ ਕੇ ਮੌਤ ਨੂੰ ਤੇ ਜੀਵਨ ਨੂੰ ਪਛਾਣ ਲੈਂਦਾ ਹੈ। ਸੋ ਇਹੋ ਪਛਾਣ ਹੈ, ਕਿਉਂਕਿ ਜੀਵਨ ਮਿਲਿਆ, ਜੀਵਨ ਤੇ ਜੀਵਨ ਤੋਂ ਬਾਅਦ ਮਰਨ। ਜੇ ਮਨੁੱਖ ਸਵਾਰ ਸਕਦਾ ਹੈ ਤਾਂ ਜੀਵਨ ਨੂੰ ਸਵਾਰ ਸਕਦਾ ਜਾਂ ਮਰਨ ਨੂੰ ਸਵਾਰ ਸਕਦਾ ਹੈ। ਕਈਆਂ ਦਾ ਮਰਨ ਵਿਗੜ ਜਾਂਦਾ ਹੈ, ਐਸਾ ਵਿਗੜਦਾ ਹੈ ਕਿ ਮਰਨ ਤੋਂ ਉਸਦੇ ਮਰਨ ਨੂੰ ਵੀ ਕੋਈ ਪ੍ਰਵਾਨ ਨਹੀਂ ਕਰਦਾ। ਕਈਆਂ ਦਾ ਜੀਵਨ ਵਿਗੜ ਜਾਂਦਾ ਹੈ। ਮੈਂ ਤੇ ਬਲਕਿ ਕਈ ਵਾਰ ਕਹਿੰਦਾ ਆਹ ਜਿਹੜੀ ਜੇਲ੍ਹਾਂ ਵਿੱਚ ਸਰਕਾਰ ਸੁੱਕਦੀ ਹੈ ਕਿਉਂ? ਉਹ ਦੇਖਦੇ ਨੇ ਇਸਦੇ ਚੰਗਿਆਈਆਂ ਕੋਈ ਨਹੀਂ, ਬੁਰਾਈਆਂ ਨੇ। ਇਹਦਾ ਜੀਵਨ ਐਸਾ ਬਣ ਚੁੱਕਾ ਹੈ ਕਿ ਸਮਾਜ ਵਿੱਚ ਰਹਿਣ ਦੇ ਯੋਗ ਨੇ, ਤੇ ਫਿਰ ਸਮਾਜ ਵੱਲੋਂ ਆਖਿਆ ਜਾਂਦਾ ਸਾਨੂੰ ਬਚਾਓ ਇਹਦੇ ਕੋਲੋਂ। ਉਹ ਚੁੱਕੇ ਜੇਲ੍ਹ ਚ ਮਤਲਬ ਕੀ ਹੈ? ਉੱਥੇ ਵੀ ਤਾਂ ਜਿਉਂਦਾ ਹੈ, ਸਿਰਫ ਸਮਾਜ ਨੇ ਉਹਦੇ ਜੀਵਨ ਨੂੰ ਪ੍ਰਵਾਨ ਨਹੀਂ ਕੀਤਾ, ਇਸ ਲਈ ਜੇਲ੍ਹ ਰੱਖਿਆ ਗਿਆ। ਸੰਸਾਰ ਅੰਦਰ ਜੀਵਨ ਪ੍ਰਵਾਨ ਕਰਾਰ ਚੜਾਉਣਾ ਹੀ ਗੁਰੂ ਸਾਹਿਬ ਦੀ ਬਾਣੀ ਦੇ ਇੱਕ ਵਾਰ ਅਰਥ ਕਰਦਿਆਂ ਮੈਂ ਕੀਤਾ ਸੀ, ਬੜਾ ਸਪਸ਼ਟ ਹੈ। ਸਫਲ ਜੀਵਨ, ਸਫਲ ਜਨਮ, ਜੀਵਨ ਪ੍ਰਵਾਨ, ਜਿੰਦਾ ਜੀਵਨ ਪ੍ਰਵਾਨ ਹੋ ਜਾਏ। ਤੇ ਜੀਵਨ ਦਾ ਪ੍ਰਵਾਨ ਹੋਣਾ ਹਰ ਪੜਾਅ ਤੇ ਲੋੜ ਹੈ। ਮਨੁੱਖ ਦਾ ਜੀਵਨ ਮਾਂ ਬਾਪ ਨੂੰ ਪ੍ਰਵਾਨ ਹੋਵੇ, ਮਨੁੱਖ ਦਾ ਜੀਵਨ ਆਪਣੇ ਸਾਥੀਆਂ, ਦੋਸਤਾਂ, ਮਿੱਤਰਾਂ ਤੇ ਨਾਲ ਦੇ ਸੰਗੀਆਂ ਦੋਸਤਾਂ ਨੂੰ ਪ੍ਰਵਾਨ ਹੋਵੇ। ਨਹੀਂ ਤੇ ਕਈ ਵਾਰ ਦੇਖਦੇ ਛੋਟੇ ਛੋਟੇ ਬੱਚਿਆਂ ਨਾਲ ਦੂਜੇ ਦੋਸਤ ਖੇਡਣਾ ਨਹੀਂ ਚਾਹੁੰਦੇ, ਇਹਦੇ ਨਾਲ ਨਹੀਂ ਖੇਡਣਾ, ਕਿਉਂਕਿ ਉਹਦਾ ਜੀਵਨ ਪ੍ਰਵਾਨ, ਇਸ ਕਿਸਮ ਦਾ ਉਹਦਾ ਬਿਹੇਵੀਅਰ ਹੈ, ਉਹਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ। ਉਸ ਤੋਂ ਬਾਅਦ ਸਮਾਜ ਨੂੰ ਪ੍ਰਵਾਨ ਹੋਵੇ, ਫਿਰ ਦੇਸ਼ ਨੂੰ ਪ੍ਰਵਾਨ ਹੋਵੇ, ਅਖੀਰ ਤੇ ਸਮਝਿਓ ਗੁਰੂ ਨੂੰ ਵੀ ਪ੍ਰਵਾਨ ਹੋਵੇ। ਕਈ ਥਾਵਾਂ ਤੇ ਪ੍ਰਵਾਨਗੀ ਜੀਵਨ ਦੀ ਲੋੜ ਹੈ। ਤੇ ਜਿਹੜਾ ਪ੍ਰਵਾਨ ਚੜ ਜਾਂਦਾ ਹਰ ਥਾਂ ਤੇ, ਉਹਦਾ ਜੀਵਨ ਸਫਲ ਹੈ, ਉਹਦਾ ਜਨਮ ਵੀ ਸਫਲ ਹੈ। ਇਸ ਲਈ ਗੁਰੂ ਬਖਸ਼ਿਸ਼ ਕਰੇ, ਬਾਬਾ ਕਬੀਰ ਜੀ ਨੇ ਇਹ ਭਰਮ ਦੂਰ ਕੀਤਾ ਕਿ ਨਾ ਤਨ ਦੀ ਮੌਤ ਹੈ, ਨਾ ਤਨ ਦਾ ਜੀਵਨ ਹੈ। ਮਰਨ ਜੀਵਨ ਕੀ ਸ਼ੰਕਾ ਨਾਸੀ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।